ਮੇਰਾ ਨਾਮ ਜੀ ਗੁਰਬਾਜ ਸਿੰਘ, ਮੈਂ ਪਿੰਡ ਸਲਾਵਾਂ ਤੋਂ ਜੀ। ਆਹ ਤੁਸੀਂ ਜੋ ਸਾਹਮਣੇ ਵੇਖ ਹੀ ਰਹੇ ਨੇ, ਇੱਕ ਕੁਝ ਬਰਸਾਤ ਕਰਕੇ ਬੁਰਾ ਹਾਲਿਆ, ਕੁਝ ਇਹਨਾਂ ਦਾ ਵਿਚਾਰਿਆਂ ਦਾ ਪਰਾਲੀ ਵੀ ਲੱਖਾਂ ਰੁਪਈਆਂ ਦੀ ਜਿਹੜੀ ਸੜ ਕੇ ਸਵਾਹ ਹੋ ਗਈ ਆ। ਆਮ ਜਨਤਾ, ਆਰਮੀ ਦੇ ਜਵਾਨ ਵੀ ਡਹਿ ਨੇ, ਪਬਲਿਕ ਵੀ ਡਹੀ ਆ, ਆਹ ਕੁੱਲ ਵੀ ਬਚਾਉਣ ਡਹਿ ਜੇ ਬਚ ਗਏ ਇਹਨਾਂ ਦੇ ਭੱਜ ਤੁੱਟ ਕੇ, ਅਤੇ ਮਾਲ ਵੀ ਲੋਕਾਂ ਨੇ ਜਿੰਨੀ ਘਰ ਪਈ ਆ ਰੱਸੇ ਰੁੱਸੇ ਵੱਢ ਕੇ ਕੱਢਿਆ, ਨਹੀਂ ਤਾਂ ਇਹਨਾਂ ਦਾ ਤਾਂ ਇੰਨਾ ਕੁ ਜ਼ਿਆਦਾ ਨੁਕਸਾਨ ਹੋ ਜਾਣਾ ਵੀ ਵੇਖਣ ਤੋਂ ਬਾਹਰ ਹੀ ਹੋ ਜਾਣਾ ਸੀਗਾ ਜੀ। ਅਤੇ ਹੁਣ ਵੀ ਜਨਤਾ ਡਹੀ ਆ, ਬਾਕੀ ਅਜੇ ਕੋਈ ਪ੍ਰਸ਼ਾਸਨ ਦੀ ਮੈਨੂੰ ਲੱਗਦਾ ਨੀਗਾ, ਅੱਧਾ ਪੌਣਾ ਘੰਟਾ ਹੋ ਗਿਆ ਅੱਗ ਲੱਗੀ ਨੂੰ, ਕੋਈ ਹੈਲਪ ਨਹੀਂ ਕੋਈ ਹੋ ਰਹੀ ਜੀ। ਅਜੇ ਨਾਲ ਇੱਕ ਫਾਇਰ ਬ੍ਰਿਗੇਡ ਦੀ ਛੋਟੀ ਜਿਹੀ ਗੱਡੀ ਆਈ ਆ, ਉਹ ਵੀ ਉਦੋਂ ਦੀ ਗਈ ਆ, ਵਾਪਸ ਨਹੀਂ ਆਈ। ਅਤੇ ਮੈਂ ਸਰਕਾਰ ਅੱਗੇ ਬੇਨਤੀ ਕਰਦਾ ਜੀ, ਇਦੋਂ ਵੱਡਾ ਧੰਦਾ ਕੀ ਹੋ ਸਕਦਾ, ਇੱਕ ਗਰੀਬ ਜਨਤਾ ਵਿਚਾਰੇ ਰੜੇ ਲਾ ਕੇ ਆਪਣੇ ਤੰਬੂ 'ਤੇ ਬੈਠੇ ਆ, ਅਤੇ ਜੇ ਉਹ ਵੀ ਅੱਜ ਕੋਈ ਕਰੋਪੀ ਆ ਗਈ ਅਤੇ ਸੜ ਗਿਆ, ਤਾਂ ਪ੍ਰਸ਼ਾਸਨ ਨੂੰ ਮੰਗ ਕਰਦਾ ਵੀ ਇਹਨਾਂ ਦੀ ਵਿਚਾਰਿਆਂ ਦੀ ਗੁਜਰਵੀਰਾਂ ਦੀ ਵੱਧ ਤੋਂ ਵੱਧ ਹੈਲਪ ਕੀਤੀ ਜਾਵੇ। ਅਤੇ ਨੁਕਸਾਨ ਤਾਂ ਜਿਹੜਾ ਇਹਨਾਂ ਦਾ ਬਹੁਤ ਜ਼ਿਆਦਾ ਹੋ ਗਿਆ, ਅਤੇ ਹਾਲੇ ਵੀ ਅੱਗ ਕੋਈ ਬੁਝਦਾ ਨਾਂ ਨਹੀਂ ਲਈ, ਅੱਗੇ ਵੀ ਕੁੱਲੂ ਆ, ਕੁੱਲੂ ਵੀ ਇਹਨਾਂ ਦੇ ਭੰਨ ਤੋੜ ਕੇ ਅਤੇ ਜਨਤਾ ਡਈ ਆ, ਜਿੰਨੇ ਕੁ ਮਾਸ ਜੋ ਕਿ ਉਹ ਬਚਾ ਹੋ ਸਕੇ, ਇੰਨਾ ਕੁ ਜਨਤਾ ਵੱਲੋਂ ਵੱਧ ਤੋਂ ਵੱਧ ਇਹਨਾਂ ਦੀ ਹੈਲਪ ਕੀਤੀ ਜਾ ਰਹੀ ਆ। ਅਤੇ ਪ੍ਰਸ਼ਾਸਨ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਜੋ ਵੀ ਇਹ ਗੁਜਰਾਂ ਦਾ ਨੁਕਸਾਨ ਹੋਇਆ, ਇਹਦੀ ਵੱਧ ਤੋਂ ਵੱਧ ਹੈਲਪ ਕੀਤੀ ਜਾਵੇ ਅਤੇ ਇਹਨਾਂ ਨੂੰ ਦਿਲਾਸਾ ਦਿੱਤਾ ਜਾਵੇ। ਬਾਈ ਸਾਹਿਬ, ਕਿਆ ਨਾਮ ਹੈ, ਕਿਆ ਗੱਲ ਹੋਈ? ਮੇਰਾ ਨਾਮ ਸ਼ਮਨ ਹੈ ਜੀ। ਹਾਂਜੀ। ਅਤੇ ਸਾਡੀ ਪਰਾਲੀ ਨੂੰ ਅੱਗ ਲੱਗ ਗਈ ਆ। ਕਿਵੇਂ ਲੱਗੀ ਅੱਗ? ਇਹ ਭਾਅ ਜੀ ਕੋਈ ਪਤਾ ਨਹੀਂ ਲੱਗਾ, ਆਪਣੇ ਆਪ ਹੀ ਪਰਾਲੀ ਨੂੰ ਅੱਗ ਲੱਗ ਗਈ ਆ। ਘੱਟ ਤੋਂ ਘੱਟ ਵੀ 1,00,000 ਰੁਪਏ ਦੀ ਪਰਾਲੀ ਆ, ਅਤੇ 50-60,000 ਦਾ ਕੁੱਲ ਦਾ ਨੁਕਸਾਨ ਵੀ ਹੋ ਚੁੱਕਾ ਆ। ਹਾਂਜੀ। ਕਿੰਨੇ ਕੁ ਅੱਗ ਬੁਝਾਉਣ ਦਾ ਕਿੱਦਾਂ ਭਾਅ ਜੀ? ਬਹੁਤ ਕੋਸ਼ਿਸ਼ ਕੀਤੀ ਲੋਕਾਂ ਨੇ, ਪਰ ਬੁਝ ਨਹੀਂ ਰਹੀ ਹੈ ਜੀ। ਹੁਣ ਤੱਕ ਜੀ ਕੋਈ ਚਾਰਾ ਨਹੀਂ ਚੱਲਣ ਡਿਆ, ਭਾਅ ਜੀ ਬੁਝ ਨਹੀਂ ਰਹੀ ਪਰਾਲੀ, ਕਿਰਪਾ ਕਰਕੇ ਹੋਰ ਅੱਗ ਹੋਰ ਵਧੀ ਜਾਂਦੀ ਆ।
ਹਾਂਜੀ ਮੰਗ ਇਹੋ ਕਰਦੇ ਹਾਂ ਜੀ ਭਾਅ ਜੀ, ਸਾਡਾ ਨੁਕਸਾਨ ਬੜਾ ਹੋ ਗਿਆ ਅਤੇ ਗਰੀਬ ਬੰਦੇ ਤੈਨੂੰ ਪਤਾ ਹੀ ਆ, ਅਤੇ ਕੋਈ ਸਾਡਾ ਮਦਦ ਹੋ ਜਾਵੇ ਥੋੜ੍ਹੀ ਮੋਰੀ, ਪਸ਼ੂਆਂ ਦਾ ਬਚਾਅ ਹੋ ਗਿਆ, ਹੋ ਜਾਣਾ ਸੀ ਜਨਤਾ ਨਾ ਭੱਜ ਗਈ, ਅੱਗ ਬੁਝਾਉਣ ਲਈ ਆਰਮੀ ਨੇ ਬਹੁਤ ਜ਼ਿਆਦਾ ਕੀਤਾ ਆ, ਆਰਮੀ ਨੇ ਹੋਰ ਅਜਨਾਲ ਜਿਹੜੀ ਗੱਡੀ ਆਈ ਉਹਨਾਂ ਵੀ ਬਹੁਤ ਜ਼ਿਆਦਾ ਜ਼ੋਰ ਲਾਉਣ ਡਿਆ, ਪਰ ਜ਼ੋਰ ਕੋਈ ਪੈ ਨਹੀਂ ਡਿਆ, ਬਹੁਤ ਜ਼ਿਆਦਾ ਸਾਰੇ ਬੰਦੇ ਇਕੱਠੇ ਹੋ ਕੇ ਬਹੁਤ ਜ਼ਿਆਦਾ ਜ਼ੋਰ ਲਾਉਣ ਡਿਆ।